ओके थैंक यू आंटी जी तुसी मैं ना इत्थे आगे बैठे इंटरव्यू ली मैं थानू पीयू सवाल पुछूंगी तुसी जो कुछ थानू याद होवे थानू चेता जो कुछ तुसी कहना चाहुंदे आ ओह तुसी मैनूं कह दिओ दस दिओ थैंक यू बेटा तू मी आई इत्थे साडे कोल ओके अपना टाइम कढ़िया कीमती हां जी थोड़ा नाम की है मेरा नाम जसवीर सुंदर है जसवीर कौर सुंदर ओके हां जी तेरा जन्मदिन कदों है मेरा जन्म है 1946 2 अगस्त ओके हां जी तेरा जन्म केरे किथे होया सी पिंड डमेली जिला कपूरथला ओके पंजाब दे विच पंजाब ओके पंजाब इंडिया दे विच ओके ਤੁਸੀਂ ਫੈਸਲਾ ਕਿੰਦਾ ਬਣਾਇਆ ਕੈਨੇਡਾ ਨਾ ਆਉਣ ਲਈ ਹਾਂਜੀ ਮੇਰੇ ਹਸਬੈਂਡ ਦੀ ਹੋਬੀ ਸੀ ਕਿ ਮੈਂ ਕੈਨੇਡਾ ਜਾਣਾ ਆ ਮੇਰੇ ਬ੍ਰਦਰ ਸੀ ਇੱਥੇ ਸਭ ਤੋਂ ਪਹਿਲਾਂ ਮੇਰੇ ਭੂਆ ਜੀ ਆਏ ਸੀਗੇ 1923 ਦੇ ਵਿੱਚ ਅਤੇ ਉਹਨਾਂ ਨੇ ਆਪਣੇ ਬ੍ਰਦਰ ਮੰਗਾ ਨਹੀਂ ਸਕੀ ਹੈਗੀ ਉਸ ਤੋਂ ਬਾਅਦ ਕਾਫੀ ਟਾਈਮ ਨਿਕਲ ਗਿਆ ਅਤੇ ਮੇਰੇ ਭਰਾ ਆਇਆ ਵੱਡਾ ਭਰਾ ਆਇਆ ਸੀ 1959 ਦੇ ਵਿੱਚ ਹਾਂਜੀ ਉਸ ਤੋਂ ਬਾਅਦ ਦੂਸਰਾ ਛੋਟਾ ਆਇਆ ਸੀ 1961 ਦੇ ਵਿੱਚ ਹਾਂਜੀ ਅਤੇ ਫਿਰ ਉਸ ਤੋਂ ਬਾਅਦ ਫਿਰ ਸਾਨੂੰ ਉਹਨਾਂ ਨੇ ਮੇਰੇ ਛੋਟੇ ਭਰਾ ਨੇ ਮੰਗਾਇਆ ਸੀਗਾ ਓਕੇ ਉਹਨਾਂ ਨੇ ਐਪਲੀਕੇਸ਼ਨ ਕੀਤੀ ਸੀ ਓਕੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆਏ ਸੀ ਹਾਂਜੀ ਮੈਂ ਮੇਰਾ ਹਸਬੈਂਡ ਅਤੇ ਮੇਰਾ ਬੇਟਾ ਓਕੇ ਤੁਹਾਡੇ ਛੋਟੇ ਭਰਾ ਨੇ ਤੁਹਾਡੀ ਤਿੰਨਾਂ ਦੀ ਐਪਲੀਕੇਸ਼ਨ ਕੀਤੀ ਸੀ ਹਾਂਜੀ ਹਾਂਜੀ ਤਿੰਨਾਂ ਦੀ ਓਕੇ ਤੁਹਾਡੀ ਭੂਆ ਨੇ ਸਾਡੇ ਵੱਡੇ ਭਰਾ ਨੂੰ ਪਹਿਲਾਂ ਸੱਦਿਆ ਹਾਂਜੀ ਦੋਨਾਂ ਭਰਾਵਾਂ ਨੂੰ ਮੇਰੇ ਨੂੰ ਬੁਲਾਇਆ ਸੀ ਉਹਨਾਂ ਨੇ ਓਕੇ ਹਾਂਜੀ ਓਕੇ ਤੁਹਾਨੂੰ ਚੇਤਾ ਵਾ ਕਿਹੜੀ ਤਰੀਕ ਤੁਸੀਂ ਕੈਨੇਡਾ ਆਏ ਸੀ ਹਾਂਜੀ ਇਹਨਾਂ ਨੇ 13 ਅਪ੍ਰੈਲ ਦੱਸਿਆ 13 ਅਪ੍ਰੈਲ ਨੂੰ ਆਏ ਸੀ ਅਸੀਂ ਜੀ ਓਕੇ ਤੁਹਾਨੂੰ ਚੇਤਾ ਤੁਸੀਂ ਕਿਹੜੇ ਰਾਹ ਦੇ ਰਹੀ ਆਏ ਸੀ ਕੈਨੇਡਾ ਨੂੰ ਕਿੱਥੇ ਤੁਹਾਡਾ ਪਲੇਨ ਰੁਕਿਆ ਤੁਸੀਂ ਪੰਜਾਬ ਤੋਂ ਪਹਿਲਾਂ ਬੱਸ ਲਈ ਸੀ ਕਿੰਦਾ ਤੁਸੀਂ ਆਏ ਸੀ ਦਿੱਲੀ ਪੰਜਾਬ ਤੋਂ ਟ੍ਰੇਨ ਵਿੱਚ ਆਏ ਸੀਗੇ ਦਿੱਲੀ ਤੱਕ ਹਾਂਜੀ ਉਸ ਤੋਂ ਬਾਅਦ ਫਿਰ ਅਸੀਂ ਸਾਡੇ ਫਰੈਂਡ ਸੀਗੇ ਦਿੱਲੀ ਅਸੀਂ ਉਹਨਾਂ ਕੋਲ ਠਹਿਰੇ ਉੱਥੋਂ ਫਿਰ ਅਸੀਂ ਏਅਰਪੋਰਟ ਨੂੰ ਆਏ ਹਾਂਜੀ ਉੱਥੋਂ ਫਿਰ ਅਸੀਂ ਜਪਾਨ ਆਏ ਸੀਗੇ ਜਪਾਨ ਏਅਰਲਾਈਨ ਦੇ ਵਿੱਚ ਹਾਂਜੀ ਅਤੇ ਉੱਥੇ ਅਸੀਂ ਇਹਨਾਂ ਦੀ ਪੈਨ ਫਰੈਂਡ ਸੀ ਉਹਨਾਂ ਨਾਲ ਅਸੀਂ ਸਾਰਾ ਟੋਕੀਓ ਦੇਖਿਆ ਸ਼ੋਪਿੰਗ ਕੀਤੀ ਥੋੜ੍ਹੀ ਜਿਹੀ ਹਾਂਜੀ ਅਤੇ ਫਿਰ ਅਸੀਂ ਕੈਨੇਡਾ ਪਹੁੰਚ ਗਏ ਓਕੇ ਹਾਂਜੀ ਜੇ ਕੈਨੇਡਾ ਪਹੁੰਚੇ ਸੀ ਕਿਹੜੇ ਸ਼ਹਿਰ ਪਹਿਲਾਂ ਕੈਨੇਡਾ 'ਚ ਪਹੁੰਚੇ ਵੈਨਕੂਵਰ ਦੇ ਓਕੇ ਵੈਨਕੂਵਰ 'ਚ ਫਿਰ ਤੁਹਾਨੂੰ ਏਅਰਪੋਰਟ 'ਤੇ ਕੌਣ ਚੱਕਣ ਆਇਆ ਮੇਰੇ ਭੂਆ ਜੀ ਹਾਂਜੀ ਮੇਰੀ ਭੂਆ ਜੀ ਦਾ ਲੜਕਾ ਮੇਰੇ ਭਰਾ ਦੋਨੋਂ ਉਹ ਆਏ ਸੀ ਲੈਣ ਵਾਸਤੇ ਉਸ ਤੋਂ ਬਾਅਦ ਫਿਰ ਅਸੀਂ ਭੂਆ ਜੀ ਦੇ ਘਰ ਰਹੇ ਤਿੰਨ ਮਹੀਨੇ ਭੂਆ ਜੀ ਦੇ ਘਰ ਰਹੇ ਸੀ ਹਾਂਜੀ ਇੱਕ ਮਹੀਨਾ ਫਿਰ ਮੈਂ ਬਸ ਫੋੜ ਰਹੀ ਸੀ ਆਪਣੇ ਛੋਟੇ ਭਰਾ ਦੇ ਕੋਲ ਅਤੇ ਉਸ ਤੋਂ ਬਾਅਦ ਅਸੀਂ ਡੋਨਲਡ ਆ ਗਏ ਸੀ ਓਕੇ ਹਾਂਜੀ ਜਦੋਂ ਤੁਸੀਂ ਪਹਿਲੀ ਵਾਰੀ ਆਏ ਕੈਨੇਡਾ ਉਹ 3 ਮਹੀਨੇ ਤੁਹਾਨੂੰ ਯਾਦ ਵਾ ਕਿੰਦਾ ਤੁਹਾਨੂੰ ਕਿੰਦਾ ਕੈਨੇਡਾ ਮਹਿਸੂਸ ਹੋਇਆ ਹਾਂ ਕੈਨੇਡਾ ਬਹੁਤ ਚੰਗਾ ਸੀਗਾ ਪਰ ਅਸੀਂ ਆਪਣਾ ਘਰ ਵੀ ਮਿਸ ਕਰਦੇ ਸੀਗੇ ਜੋਬ ਕੋਈ ਪੈਸਾ ਨਹੀਂ ਸੀ ਕੋਲ ਭੂਆ ਜੀ ਅਤੇ ਭਰਾ ਪੈਸੇ ਤਾਂ ਦਿੰਦੇ ਸੀਗੇ ਥੋੜ੍ਹਾ ਬਹੁਤਾ ਖਰਚ ਕਰਨ ਵਾਸਤੇ ਇੱਦਾਂ ਤਾਂ ਹੈ ਨਹੀਂ ਸੀ ਕੁਛ ਦਿੰਦੇ ਨਹੀਂ ਸੀ ਹਰ ਇੱਕ ਚੀਜ਼ ਲੈ ਕੇ ਦਿੱਤੀ ਉਹਨਾਂ ਨੇ ਪਰ ਫਿਰ ਵੀ ਅਸੀਂ ਆਪਣਾ ਕੋਲ ਥੋੜ੍ਹਾ ਸੀਗਾ ਕੁਛ ਹੈ ਨਾ ਉਹਨਾਂ ਨੇ ਜੋ ਦਿੱਤਾ ਸੀ ਉਹ ਯੂਜ਼ ਕਰਦੇ ਸੀਗੇ ਭੂਆ ਜੀ ਬਹੁਤ ਚੰਗੀ ਲੁੱਕ ਆਫਟਰ ਕਰਦੇ ਸੀ ਮੇਰੇ ਭਰਾ ਦੋਨੋਂ ਵੱਡਾ ਭਰਾ ਮੇਰੇ ਫੈਮਿਲੀ ਇੰਡੀਆ ਸੀ ਛੋਟੇ ਨੇ ਵਿਆਹ ਨਹੀਂ ਸੀ ਕਰਾਇਆ ਸਿੰਗਲ ਸੀਗਾ ਉਹ ਵੀ ਕਰਦੇ ਸੀ ਕਾਫੀ ਕਰਦੇ ਸੀ ਪਰ ਫਿਰ ਵੀ ਅਸੀਂ ਆਪਣੀ ਜਿੱਦਾਂ ਆਪਣਾ ਘਰ ਮਿਸ ਕਰਦੇ ਸੀ ਹਰੇਕ ਚੀਜ਼ ਹੌਲੀ ਹੌਲੀ ਫਿਰ ਠੀਕ ਹੋ ਗਿਆ ਸਾਰਾ ਕੁਛ ਹਾਂਜੀ ਹਾਂਜੀ ਅਤੇ ਤੁਸੀਂ ਵੈਨਕੂਵਰ ਦੇ ਬਾਅਦ ਫਿਰ ਤੁਸੀਂ ਡੋਨਲਡ ਮੂਵ ਹੋ ਗਏ ਹਾਂਜੀ ਅਸੀਂ ਫਿਰ ਡੋਨਲਡ ਆ ਗਏ ਸੀ ਹਾਂਜੀ ਫਿਰ ਇੱਥੇ ਰਹੇ ਅਸੀਂ ਹਾਂਜੀ ਕਾਫੀ ਆਪਣੇ ਤਰਸੇਮ ਕੌਰ ਭੈਣ ਜੀ ਸਾਡੀ ਇਹਨਾਂ ਦੀ ਕਜ਼ਨ ਸੀ ਮੇਰੇ ਹਸਬੈਂਡ ਦੀ ਫੈਮਿਲੀ ਦੇ ਵਿੱਚੋਂ ਓਕੇ ਹਾਂਜੀ ਅਸੀਂ ਉਹਨਾਂ ਦੇ ਅਸੀਂ ਇੱਕ ਘਰ ਦੇ ਵਿੱਚ ਰਹੇ ਹਾਂ ਅਸੀਂ 8-9 ਮਹੀਨੇ ਓਕੇ ਹਾਂਜੀ ਡੋਨਲਡ ਦੇ ਵਿੱਚ ਹਾਂਜੀ ਓਕੇ ਹਾਂਜੀ ਤਾਂ ਫਿਰ ਉਸ ਤੋਂ ਬਾਅਦ ਸਾਡੇ ਘਰ ਨੂੰ ਆ ਕੇ ਲੱਗ ਗਈ ਸੀ ਅਤੇ ਫਿਰ ਮੈਂ ਤਾਂ ਇੱਕ ਮਹੀਨਾ ਹੋਸਪਿਟਲ ਰਹੀ ਸੀ ਮੇਰੀ ਬਾਂਹ ਕਾਫੀ ਚੱਲ ਗਈ ਸੀ ਹਾਂਜੀ ਉਸ ਤੋਂ ਬਾਅਦ ਫਿਰ ਮੇਰੀ ਭੈਣ ਜੀ ਨੇ ਸਾਰੇ ਬੱਚਿਆਂ ਦੀ ਸਾਡੀ
ਇਹਨਾਂ ਦੀ ਲੁੱਕ ਆਫਟਰ ਕੀਤੀ ਕਿਉਂਕਿ ਮੈਂ ਆਪਣੇ ਬੱਚੇ ਦੇਖੇ ਨਹੀਂ ਇੱਕ ਮਹੀਨਾ ਆਉਣ ਜਾਣ ਦੇ ਇੰਨੇ ਸਾਧਨ ਨਹੀਂ ਸੀਗੇ ਉਸ ਟਾਈਮ 'ਤੇ ਡੋਲਨਟ ਤੋਂ ਆਉਣਾ ਵੀ ਗੋਲਡਨ ਕਾਫੀ ਮੁਸ਼ਕਲ ਸੀਗਾ ਅਤੇ ਇਸ ਕਰਕੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਫਿਰ ਅਸੀਂ ਕੋਈ ਰੈਂਟ 'ਤੇ ਮਕਾਨ ਵੀ ਨਹੀਂ ਸੀ ਰਹਿਣ ਨੂੰ ਮਿਲਦਾ ਗੋਲਡਨ ਦੇ ਵਿੱਚ ਵੀ ਹੈ ਨਹੀਂ ਸੀ ਰੈਂਟ 'ਤੇ ਰਹਿਣ ਵਾਸਤੇ ਕੋਈ ਮਕਾਨ ਨਹੀਂ ਸੀ ਮਿਲ ਰਿਹਾ ਫਿਰ ਅਸੀਂ ਆਪਣਾ ਘਰ ਬਾਏ ਕੀਤਾ ਸੀਗਾ ਇਹਨਾਂ ਨੇ ਸਾਡੀ ਫਰੈਂਡ ਆ ਉਹਨਾਂ ਦੇ ਨਾਲ ਰਲ ਕੇ ਫਿਰ ਉੱਥੇ ਅਸੀਂ ਇੱਥੇ ਆਏ ਹਾਂ ਉਸ ਤੋਂ ਬਾਅਦ ਫਿਰ ਮੇਰੇ ਹਸਬੈਂਡ ਬਿਮਾਰ ਸੀਗੇ ਬਹੁਤ ਇੱਕ ਮਹੀਨਾ ਇੱਥੇ ਹੋਸਪਿਟਲ ਰਹੇ ਅਤੇ ਉਸ ਤੋਂ ਬਾਅਦ ਫਿਰ 3 ਮਹੀਨੇ ਵੈਨਕੂਵਰ ਹੋਸਪਿਟਲ ਰਹੇ ਸੀ ਫਿਰ ਅਸੀਂ ਵੈਨਕੂਵਰ ਰਹੇ 3 ਮਹੀਨੇ ਆਪਣੇ ਭੂਆ ਜੀ ਦੇ ਘਰ ਅਤੇ ਆਪਣੇ ਭਰਾ ਦੇ ਘਰ ਰਹੀ ਸੀ ਹਾਰਡ ਟਾਈਮ ਸੀ ਉਸ ਟਾਈਮ ਹਾਂਜੀ ਉਦੋਂ ਤੱਕ ਦੋ ਨਿਆਣੇ ਸੀ ਜਾਂ ਹਾਂਜੀ ਦੋ ਸੀਗੇ ਬੇਟੀ ਮੇਰੀ ਸੀਗੀ ਜਦੋਂ ਘਰ ਨੂੰ ਆ ਕੇ ਲੱਗੀ ਆ 9 ਮਹੀਨੇ ਦੀ ਹਾਂਜੀ ਬੇਟਾ 3 ਸਾਲ ਦਾ ਸੀਗਾ ਓਕੇ ਹਾਂਜੀ ਓਕੇ ਤੁਹਾਨੂੰ ਹੋਰ ਕੋਈ ਯਾਦਗਾਰੀ ਹੈਗੀ ਆ ਗੋਲਡਨ ਦੇ ਵਿੱਚ ਨਹੀਂ ਡੋਨਲਡ ਦੇ ਵਿੱਚ ਕਿੱਦਾਂ ਦੀ ਜ਼ਿੰਦਗੀ ਸੀ ਤੀਵੀਆਂ ਕੀ ਕਰਦੀਆਂ ਹੁੰਦੀਆਂ ਸੀ ਹਾਂਜੀ ਕੁਛ ਨਹੀਂ ਸੀ ਕਰਦੀਆਂ ਹੁੰਦੀਆਂ ਬਸ ਲੇਡੀਜ਼ ਨੇ ਉੱਠ ਕੇ ਜਿੱਦਾਂ ਆਪਣਾ ਘਰ ਦਾ ਰੋਟੀ ਪਾਣੀ ਕਰ ਲੈਣਾ ਇਕੱਠੀਆਂ ਹੋ ਕੇ ਬੈਠ ਲੈਣਾ ਬਹੁਤ ਥੋੜ੍ਹੀਆਂ ਫੈਮਲੀਆਂ ਸੀ ਜਿਸ ਦਿਨ ਅਸੀਂ ਮੈਂ ਆਈ ਸੀ ਤਾਂ ਉਸ ਦਿਨ ਕਹਿੰਦੇ ਸੀ 7 ਫੈਮਲੀਆਂ ਹੋ ਗਈਆਂ ਅੰਕਲ ਬੈਲ ਦੀ ਵਾਈਫ ਸੀਗੀ ਸਵਰਨਪੁਰ ਧਾਮੀ ਹਾਂਜੀ ਉਹ ਵੀ ਜਿੱਦਾਂ ਉਹ ਆ ਜਾਂਦੀਆਂ ਹੁੰਦੀਆਂ ਸੀ ਉਹਨਾਂ ਦੀ ਭਾਬੀ ਹੁੰਦੀ ਸੀ ਇੱਕ ਉਹ ਵੀ ਆ ਜਾਂਦੀਆਂ ਹੁੰਦੀਆਂ ਸੀ ਇਕੱਠੀਆਂ ਹੋ ਕੇ ਅਸੀਂ ਬੈਠ ਲੈਣਾ ਇੱਕ ਦੂਜੇ ਦੇ ਘਰ ਆਂਟੀ ਬੜੀ ਨਾਈਸ ਲੇਡੀ ਸੀਗੀ ਹਾਂਜੀ ਬਹੁਤ ਪਿਆਰ ਕਰਦੀ ਹੁੰਦੀ ਸੀ ਹਾਂਜੀ ਸਭ ਤੋਂ ਛੋਟੇ ਬੱਚੇ ਮੇਰੇ ਸੀ ਤਾਂ ਇੱਕ ਹੋਰ ਸਾਡੇ ਫਰੈਂਡ ਸੀ ਉਹਨਾਂ ਦੇ ਪਰ ਮੇਰੇ ਬੱਚਿਆਂ ਨੂੰ ਉਹ ਇੰਨਾ ਆਂਟੀ ਧਾਮੀ ਪਿਆਰ ਕਰਦੀ ਹੁੰਦੀ ਸੀ ਚੱਕੀ ਫਿਰਨਾ ਬੜਾ ਖੁਸ਼ ਹੋਣਾ ਕਹਿਣਾ ਚੰਗੇ ਲੱਗਦੇ ਆ ਮੈਨੂੰ ਤੇਰੇ ਹਾਂਜੀ ਇੱਦਾਂ ਬਹੁਤ ਪਿਆਰ ਨਾਲ ਰਹੀਦਾ ਸੀ ਬੜੇ ਖੁਸ਼ ਰਹਿੰਦੇ ਸੀਗੇ ਪਰ ਇੰਡੀਆ ਫਿਰ ਵੀ ਅਸੀਂ ਮਿਸ ਕਰਦੇ ਸੀਗੇ ਉਸ ਟਾਈਮ 'ਤੇ ਕਿਉਂ ਥੋੜ੍ਹਾ ਟਾਈਮ ਹੋਇਆ ਸੀ ਇੰਡੀਆ ਤੋਂ ਆਇਆ ਹਾਂਜੀ ਉਦੋਂ ਉਸ ਟਾਈਮ ਦੇ ਵਿੱਚ ਕੋਈ ਗੁਰਦੁਆਰਾ ਨਹੀਂ ਹੁੰਦਾ ਸੀ ਇੱਥੇ ਕੁਛ ਵੀ ਨਹੀਂ ਸੀ ਹੁੰਦਾ ਸਾਡੇ ਕੋਲ ਤਾਂ ਉਸ ਟਾਈਮ ਟੀਵੀ ਵੀ ਹੈ ਨਹੀਂ ਸੀਗੀ ਕਿ ਕੋਈ ਬੱਚਾ ਦੇਖ ਲਵੇ ਜਾਂ ਕੁਛ ਅਸੀਂ ਆਪ ਦੇਖ ਲਈਏ ਕੁਛ ਵੀ ਨਹੀਂ ਸੀਗਾ ਡੋਲਨਟ ਦੇ ਵਿੱਚ ਇੱਕ ਲਾਈਨ ਹੁੰਦੀ ਸੀ ਫੋਨ ਦੀ ਸਾਰੀ ਡੋਲਨਟ ਦੇ ਘਰਾਂ ਦੀ ਇੱਕ ਨੇ ਫੋਨ ਕੀਤਾ ਕਿਸੇ ਨੂੰ ਭਾਵੇਂ ਸਾਰੇ ਫੋਨ ਜਾ ਕੇ ਗੱਲ ਸੁਣ ਲਓ ਇਸ ਤਰ੍ਹਾਂ ਦਾ ਟਾਈਮ ਸੀ ਉਹ ਪਰ ਬੜੇ ਚੰਗੇ ਟਾਈਮ ਸੀਗੇ ਹੁਣ ਦੇ ਟਾਈਮ ਦਾ ਸੋਚਿਆ ਜਾਵੇ ਤਾਂ ਬੜਾ ਪਿਆਰ ਸੀਗਾ ਸਾਰਿਆਂ ਦਾ ਪਿਆਰ ਤਾਂ ਹੁਣ ਵੀ ਹੈਗਾ ਪਰ ਹੁਣ ਸਾਰੇ ਆਪਾਂ ਆਪਣੇ ਟੱਬਰਾਂ ਦੇ ਵਿੱਚ ਬਿਜ਼ੀ ਹੋ ਗਏ ਆ ਹਾਂਜੀ ਕੋਈ ਰਿਸ਼ਤੇਦਾਰੀਆਂ ਵੱਧ ਗਈਆਂ ਉਹਨਾਂ 'ਚ ਬਿਜ਼ੀ ਹੋ ਗਏ ਆ ਉਦੋਂ ਸਿਰਫ ਆਪਣੇ ਬੱਚੇ ਸੀ ਤਾਂ ਜਾਂ ਜਿਹੜੇ ਅਸੀਂ ਲੋਕ ਸੀਗੇ ਉਹ ਸੀਗੇ ਹਾਂਜੀ ਹਾਂਜੀ ਇੱਦਾਂ ਸੀ ਜਿਹੜੇ ਆਹ ਪੰਜਾਬੀ ਨਾਲੇ ਇੰਡੀਆ ਇਨ ਦਾ ਹਾਲ ਇਨ ਦਾ ਹੁੰਦੇ ਆ ਦਿਨ ਇਨ ਦਾ ਵਿਸਾਖੀ ਹੋਵੇ ਦਿਵਾਲੀ ਹੋਵੇ ਉਹ ਮਨਾਉਂਦੇ ਸੀ ਨਹੀਂ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਕੁਛ ਹੁਣ ਪਤਾ ਲੱਗਣ ਲੱਗਾ ਥੋੜ੍ਹੇ ਚਿਰ ਤੋਂ ਨਾ ਲੋਕਾਂ ਨੂੰ ਕਿਉਂਕਿ ਲੋਕ ਆਪਣੇ ਬਹੁਤ ਆ ਗਏ ਆ ਇਸ ਕਰਕੇ ਵੈਨਕੂਵਰ ਦੇ ਵਿੱਚ ਵੀ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ ਭੂਆ ਜੀ ਹੁਣ ਸਾਡੇ ਨੂੰ ਬਿਲਕੁਲ ਨਹੀਂ ਸੀ ਪਤਾ ਹੁੰਦਾ ਕਦੋਂ ਵਿਸਾਖੀ ਆ ਗਈ ਕੀ ਆ ਗਿਆ ਹਾਂਜੀ ਇਸ ਤਰ੍ਹਾਂ ਇੱਦਾਂ ਦਾ ਟਾਈਮ ਸੀਗਾ ਓਕੇ ਜੇ ਗੁਰਦੁਆਰਾ ਨਹੀਂ ਸੀ ਜੋ ਪਿਆਹ ਸ਼ਾਦੀਆਂ ਹੁੰਦੀਆਂ ਸੀ ਪਿਆਹ ਸ਼ਾਦੀਆਂ ਹਾਂਜੀ ਜਦੋਂ ਇੱਥੇ ਗੋਲਡਨ ਦੀ ਗੱਲ ਕਰਦੇ ਹਾਂ ਹਾਂਜੀ ਗੋਲਡਨ ਦੀ ਨਾਲੇ ਰਾਹ ਦੀ ਇਸ ਏਰੀਆ ਦੀ ਉਦੋਂ ਸਾਰਿਆਂ ਦੇ ਬੱਚੇ ਛੋਟੇ ਸੀਗੇ ਓਕੇ ਹਾਂਜੀ ਪਿਆਹ ਮੇਰਾ ਖਿਆਲ ਹੈ 72 ਦੇ ਵਿੱਚ ਇਹਨਾਂ ਦੇ ਫਰੈਂਡ ਦਾ ਹੋਇਆ ਪ੍ਰਗਟ ਗਿਆ ਦਾ ਹਾਂਜੀ ਉਸ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਨਹੀਂ ਕਿਸੇ ਦਾ ਵਿਆਹ ਹੋਇਆ ਅਤੇ ਉਸ ਤੋਂ ਬਾਅਦ ਫਿਰ ਜਿਹੜੇ ਹੋਰ ਸੀਗੇ ਇੰਡੀਆ ਤੋਂ ਆਪਣੇ ਮਾਂ ਬਾਪ ਨਾ ਆਏ ਹੋਏ ਨਿਆਣੇ ਉਹਨਾਂ ਦੇ ਫਿਰ ਸ਼ੁਰੂ ਹੋ ਗਏ ਫਿਰ ਅਸੀਂ ਲੋਕਾਂ ਵਾਲੇ ਹਾਲ ਦੇ ਵਿੱਚ ਕਰਦੇ ਹੁੰਦੇ ਸੀ ਵਿਆਹ ਘਰੀ ਸਾਰੀਆਂ ਆਪਣੀਆਂ ਪਤੀਲਿਆਂ ਦੇ ਵਿੱਚ ਚੀਜ਼ਾਂ ਬਣਾਉਣੀਆਂ ਕੋਈ ਹੈ ਨਹੀਂ ਸੀ ਵੱਡੀਆਂ ਚੀਜ਼ਾਂ ਬਣਾਉਣ ਵਾਸਤੇ ਆਪਣੇ ਸਟੋਪਾਂ 'ਤੇ ਜਿਹੜੇ ਘਰ ਸਟੋਪ ਆ ਉਹਨਾਂ ਦੇ ਮੇਰਾ ਖਿਆਲ ਆ ਜਦੋਂ ਇਹਨਾਂ ਦੇ ਫਰੈਂਡ ਦਾ ਵਿਆਹ ਹੈ ਉਹ ਮੈਨੂੰ ਯਾਦ ਆ ਤੇ ਬਲਿਆਰ ਸਿੰਘ ਖਰੋੜ ਹੈ ਜਿਹੜਾ ਉਹ ਲੈਣ ਗਿਆ ਸੀ ਮਹਾਰਾਜ ਦੀ ਬੀਟ ਉਹ ਲੈ ਕੇ ਆਏ ਸੀ ਖਰੇ ਡਾਂਕਨ ਤੋਂ ਸ਼ਾਇਦ ਡਾਂਕਨ ਤੋਂ ਜਾਂ
ਮੈਨੂੰ ਯਾਦ ਨਹੀਂ ਹੈਗਾ ਬਰਤਨ ਲੈ ਕੇ ਆਏ ਸੀ ਕੈਂਡਲਸਤਾਂ ਕਸ਼ਮੀਰਾ ਸਿੰਘ ਸੀਗਾ ਕੈਲਗਰੀ ਤੋਂ ਲਿਆਂਦਾ ਸੀ ਲਾਵਾਂ ਕਰਨ ਵਾਸਤੇ ਭਾਈ ਓਕੇ ਹਾਂਜੀ ਇੱਦਾਂ ਸੀ ਫਿਰ ਉਸ ਤੋਂ ਬਾਅਦ ਫਿਰ 80 ਦੇ ਵਿੱਚ ਗੁਰਦੁਆਰਾ ਬਣਿਆ ਓਕੇ ਇੱਥੇ ਤੁਸੀਂ ਵੈਨਕੂਵਰ ਰਹੇ ਪਹਿਲਾਂ ਆ ਗਏ ਫਿਰ ਡੋਨਲਡ ਦੇ ਵਿੱਚ ਫਿਰ ਤੁਸੀਂ ਗੋਲਡਨ ਦੇ ਵਿੱਚ ਫਿਰ ਮੂਵ ਹੋ ਗਏ ਕਿਹੜੇ ਸਾਲ ਤੁਸੀਂ ਗੋਲਡਨ ਮੂਵ ਹੋਏ ਅਸੀਂ 71 ਦੇ ਵਿੱਚ ਹੋਏ ਸੀ ਓਕੇ 71 ਦੇ ਵਿੱਚ ਤੁਸੀਂ ਹੋਰ ਕੋਈ ਸ਼ਹਿਰਾਂ ਦੇ ਵਿੱਚ ਵੀ ਰਹੇ ਕੈਨੇਡਾ 'ਚ ਨਹੀਂ ਸੀ ਨਹੀਂ ਜਦੋਂ ਤੁਸੀਂ ਆਏ ਆ ਕੈਨੇਡਾ ਨਾਲ ਤੁਸੀਂ ਵਾਪਸ ਵੀ ਗਏ ਆ ਇੰਡੀਆ ਨਾਲ ਹਾਂਜੀ ਪਹਿਲੇ 10 ਸਾਲ ਨਹੀਂ ਗਏ ਹੈਗੇ ਉਸ ਤੋਂ ਬਾਅਦ ਫਿਰ ਅਸੀਂ 10 ਸਾਲ ਬਾਅਦ ਬੱਚੇ 3.5 ਨੇ ਹਾਂਜੀ ਅਸੀਂ ਫਿਰ ਗਏ ਸੀ ਓਕੇ ਹਾਂਜੀ ਬੱਚਿਆਂ ਨੇ ਵੀ ਲਾਈਕ ਕੀਤਾ ਉਦੋਂ ਛੋਟੇ ਸੀਗੇ ਹਾਂਜੀ ਠੀਕ ਫਿਰ ਉਸ ਤੋਂ ਬਾਅਦ ਤਾਂ ਫਿਰ ਜਾਣਾ ਆਉਣਾ ਲੱਗਾ ਰਿਹਾ ਕਦੀ 2 ਸਾਲਾਂ ਬਾਅਦ ਕਈ ਵਾਰ ਸਾਲ ਵਿੱਚ 2 ਵਾਰੀ ਵੀ ਜਾ ਆਉਣਾ ਹਾਂਜੀ ਹਾਂਜੀ ਕਿਉਂਕਿ ਫੈਮਿਲੀ ਸੀਗੀ ਪਿੱਛੇ ਇਸ ਕਰਕੇ ਜਾਈ ਜਾ ਹੁੰਦਾ ਸੀਗਾ ਹਾਂਜੀ ਹੁਣ ਵੀ 1-2 ਸਾਲਾਂ ਬਾਅਦ ਜਾਂਦੇ ਰਹੀਦਾ ਕਿਉਂ ਘਰ ਹੈਗਾ ਆਪਣਾ ਪਿੱਛੇ ਹਾਂਜੀ 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 ਇਸ ਕਰਕੇ ਤੁਹਾਡੇ ਹੋਰ ਕੋਈ ਕਹਾਣੀਆਂ ਹੈਗੀ ਆ ਜਿਹੜਾ ਦੱਸੂਗਾ ਸਾਨੂੰ ਕਿੰਦਾ ਦੀ ਮੁਸ਼ਕਲ ਨਾਲ ਦੀ ਜ਼ਿੰਦਗੀ ਸੀਗੀ ਪੰਜਾਬੀ ਕਮਿਊਨਿਟੀ ਦੀ ਉਦੋਂ ਦੀ ਠੀਕ ਸੀ ਸਾਰੇ ਨਵੇਂ ਆਏ ਸੀਗੇ ਹਾਂਜੀ ਹਰ ਇੱਕ ਨੂੰ ਘਰਾਂ ਦੇ ਵਿੱਚੋਂ ਕਈ ਇਨਸਾਨ ਪਹਿਲੇ ਨਿਕਲੇ ਸੀਗੇ ਉਹਨਾਂ ਨੂੰ ਹੁੰਦਾ ਸੀ ਅਸੀਂ ਕੰਮ ਕਰੀਏ ਅਤੇ ਪਿੱਛੇ ਨੂੰ ਆਪਣੇ ਮਾਂ ਬਾਪ ਨੂੰ ਜਾਂ ਭੈਣਾਂ ਭਰਾਵਾਂ ਦੀ ਵੀ ਹੈਲਪ ਕਰੀਏ ਇਹ ਹਾਰਡ ਟਾਈਮ ਸੀਗੇ ਸਾਡੇ ਲਈ ਹੁਣ ਤਾਂ ਹਰੇਕ ਠੀਕ ਆ ਹੈ ਨਾ ਹਾਂਜੀ ਸੈੱਟ ਹੋ ਗਏ ਉਹ ਦੇਖੋ 50 ਸਾਲ ਪਹਿਲਾਂ ਪਿੱਛੇ ਜਾਓ ਤਾਂ ਕਿੱਦਾਂ ਦੇ ਟਾਈਮ ਸੀ ਇੰਡੀਆ ਦੇ ਵਿੱਚ ਵੀ ਬੜੀ ਮੁਸ਼ਕਲਾਂ ਹੁੰਦੀਆਂ ਸੀਗੀਆਂ ਹਾਂਜੀ ਹੁਣ ਸਾਰਾ ਕੁਛ ਠੀਕ ਆ ਪਹਿਲਾਂ ਥੋੜ੍ਹਾ ਸੀਗਾ ਮੁਸ਼ਕਲ ਹਾਂਜੀ ਹਰ ਟਾਈਮ ਸੀਗੇ ਪਰ ਹੁਣ ਠੀਕ ਆ ਸਾਰਾ ਕੁਛ ਇੰਡੀਆ ਦੇ ਵਿੱਚ ਵੀ ਹਰ ਇੱਕ ਨੂੰ ਇੰਨੀ ਨਹੀਂ ਲੋੜ ਹੈਗੀ ਕਿਸੇ ਚੀਜ਼ ਦੀ ਅਤੇ ਇੱਥੇ ਵੀ ਆਪਾਂ ਸੈੱਟ ਹੋ ਗਏ ਹਾਂਜੀ ਤੇ ਜਦੋਂ ਤੁਸੀਂ ਆਏ ਆ ਕੈਨੇਡਾ ਤੁਸੀਂ ਕਿਸੇ ਨੂੰ ਸਪੋਂਸਰ ਕੀਤਾ ਹੋਰ ਕਿਸੇ ਨੂੰ ਮੰਗਾਇਆ ਇੱਥੇ ਹਾਂਜੀ ਮੇਰੇ ਹਸਬੈਂਡ ਦੀ 2 ਭੈਣਾਂ ਆਈਆਂ ਅਤੇ ਉਹਨਾਂ ਦੇ ਬੱਚੇ ਹੋਰ ਪਰਿਵਾਰ 2 ਭੈਣਾਂ ਹਾਂਜੀ ਲੜਕੀਆਂ ਆਈਆਂ ਸੀਗੀਆਂ ਮੇਰੀ ਫੈਮਿਲੀ ਤਾਂ ਪਹਿਲਾਂ ਹੀ ਇੱਥੇ ਸੀਗੀ ਮੇਰੇ ਬ੍ਰਦਰ ਇੱਥੇ ਸੀ ਭੈਣ ਮੇਰੀ ਨਹੀਂ ਸੀ ਆਉਣਾ ਚਾਹੁੰਦੀ ਉਹਨਾਂ ਦਾ ਉੱਥੇ ਆਪਣਾ ਸੀਗਾ ਸਾਡੀ ਛੋਟੀ ਭੈਣ ਨਹੀਂ ਮੇਰੇ ਤੋਂ ਵੱਡੀ ਮੈਂ ਸਾਰੇ ਆਪਣੀ ਫੈਮਿਲੀ ਤੋਂ ਛੋਟੀ ਹਾਂ ਓਕੇ ਹਾਂਜੀ ਮੇਰੇ ਵੱਡੀ ਭੈਣ ਜੀ ਸੀਗੇ ਆਏ 2 ਵਾਰੀ ਉਹ ਵੀ ਇੱਥੇ ਹਾਂਜੀ ਉਹਨਾਂ ਦਾ ਬੇਟਾ ਵੀ ਇੱਥੇ ਆ ਓਕੇ ਰਹਿ ਕੇ ਚਲੇ ਗਏ ਵਾਪਸ ਰਹੇ ਨਹੀਂ ਹੈਗੇ ਹਾਂਜੀ ਤੁਸੀਂ ਗੱਲ ਕੀਤੀ ਆ ਲਾਗਾ ਲਾਹੌਲ ਹੁੰਦਾ ਸੀਗਾ ਹਾਂਜੀ ਇੰਦਰ ਦੇ ਹੋਰ ਕੋਈ ਥਾਂ ਵੀ ਹੈ ਜਿਹੜੇ ਖਾਸ ਹੋਵੇ ਪੰਜਾਬੀ ਕਮਿਊਨਿਟੀ ਲਈ ਇੱਥੇ ਡੋਨਲਡ ਦੇ ਵਿੱਚ ਗੋਲਡਨ ਦੇ ਵਿੱਚ ਡੋਨਲਡ ਦੇ ਵਿੱਚ ਕੁਛ ਨਹੀਂ ਸੀਗਾ ਜਿੱਦਾਂ ਹੈ ਨਾ ਅਤੇ ਉੱਥੇ ਹਾਂ ਅੰਕਲ ਧਾਮੀ ਦੇ ਘਰ ਕਦੀ ਕਦੀ ਕੀਰਤਨ ਕਰਦੇ ਹੁੰਦੇ ਸੀ ਅੰਕਲ ਦੀ ਵਾਈਫ ਵੀ ਜਿਹੜੀ ਸਵਰਨਪੁਰ ਧਾਮੀ ਸੀ ਉਹ ਵੀ ਸ਼ਬਦ ਪੜ੍ਹਦੀ ਹੁੰਦੀ ਸੀ ਸਾਰੇ ਰਲ ਕੇ ਸ਼ਬਦ ਪੜ੍ਹਦੇ ਹੁੰਦੇ ਸੀ ਗੁਰਦੁਆਰਾ ਬਣਨ ਤੋਂ ਪਹਿਲਾਂ ਲੋਗਾਂ ਵਾਲੇ ਹਾਲ ਦੇ ਵਿੱਚ ਐਵਰੀ ਸੰਡੇ ਮਹਾਰਾਜ ਦੀ ਭੀੜ ਰੱਖ ਕੇ ਪਾਠ ਪੜ੍ਹਦੇ ਹੁੰਦੇ ਸੀਗੇ ਅਤੇ ਕੀਰਤਨ ਕਰਦੇ ਹੁੰਦੇ ਸੀ ਘਰਾਂ ਤੋਂ ਅਸੀਂ ਲੱਕੜ ਬਣਾ ਕੇ ਲਿਜਾਈਦਾ ਸੀ ਤਾਂ ਉੱਥੇ ਸਾਰਿਆਂ ਨੇ ਫਿਰ ਬੈਠ ਕੇ ਛੱਕ ਦੇਣਾ ਇੱਦਾਂ ਹੁੰਦਾ ਸੀ ਹਾਂਜੀ ਰਲ ਕੇ ਬਣਾ ਲੈਂਦੀ ਅਸੀਂ ਲੇਡੀਆਂ 2-4 ਇਕੱਠੀਆਂ ਹੋ ਕੇ ਤਾਂ ਉੱਥੇ ਫਿਰ ਪਰਤਾ ਦੇਣਾ ਹਾਂਜੀ ਉਹਦੀ ਫੋਟੋ ਵੀ ਹੈਗੀ ਆ ਸਾਡੇ ਦੇ ਕੋਲ ਗੁਰਦੁਆਰੇ ਦੀ ਜਦੋਂ ਹਾਲ 'ਚ ਬਣਾਉਂਦੇ ਹੁੰਦੇ ਸੀ ਓਕੇ ਹਾਂਜੀ ਓਕੇ ਮੈਂ ਦੇਖੂੰਗੀ ਹਾਂਜੀ ਤੁਹਾਨੂੰ ਦਿਖਾ ਦਊਂਗੀ ਹਾਂਜੀ ਬਸ ਇਹੀ ਯਾਦਾਂ ਆ ਸਾਡੀਆਂ ਬੜੇ ਪਿਆਰ ਨਾਲ ਰਹੀਦਾ ਸੀ ਹਾਂਜੀ ਵੀ ਬਹੁਤ ਪਿਆਰ ਨਾਲ ਰਹਿੰਦੇ ਜਦੋਂ ਵੀ ਮਿਲੀਦਾ ਕਿਸੇ ਨੂੰ ਬੜੇ ਖੁਸ਼ ਹੋ ਕੇ ਮਿਲੀਦਾ ਆ ਹਾਂਜੀ ਇਹੀ ਯਾਦਾਂ ਆ ਸਾਡੀਆਂ ਤੱਕ ਹੋਰ ਕੋਈ ਕਹਾਣੀ ਹੈਗੀ ਆ ਜਿਹੜੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਆ ਸਾਡੇ ਨਾਲ ਹਾਂਜੀ ਹੋਰ ਆਪਣੇ ਗੁਰਦਿਆਲ ਧਾਮੀ ਰਾਏ ਜਿਹੜਾ ਦੱਸਦੇ ਸੀ ਤੁਸੀਂ ਕੱਲ੍ਹ ਉਹਨਾਂ ਨੇ ਸੁਰਿੰਦਰ ਹੋਣਾ ਨਾਲ ਕੀਤੀ ਸੀ ਨਾ ਇੰਟਰਵਿਊ ਹਾਂਜੀ ਉਹ ਬੜੇ ਚੰਗੇ ਸੀਗੇ ਸਾਡੇ ਭੈਣ ਜੀ ਬਹੁਤ ਨਾਈਸ ਲੇਡੀ ਸੀਗੀ ਭਾਜੀ ਬਹੁਤ ਨਾਈਸ ਸੀਗੇ ਉਹਨਾਂ ਕਰਕੇ ਅਸੀਂ ਗੋਲਡਨ ਡੋਨਲਡ ਆਏ ਸੀ ਬਸ ਇਹੀ ਯਾਦਾਂ ਆ ਸਾਡੀਆਂ ਹਾਂਜੀ ਥੈਂਕ ਯੂ ਵੈਰੀ ਮਚ ਬੇਟਾ ਓਕੇ ਥੈਂਕ ਯੂ ਆਂਟੀ ਜੀ ਤੁਸੀਂ ਇੰਨਾ ਟਾਈਮ ਕੱਢਿਆ ਬਹੁਤ ਅਸੀਂ ਖੁਸ਼ ਹਾਂ ਸਾਡੇ ਬੱਚੇ
इन्ना चंगा काम कर रहे हैं, पुरानियां हिस्टरियां तुसी मोरली जनरेशन नू दे रहे हैं। हां जी, बहुत थैंक यू बेटा तेरा। ओके, थैंक यू आंटी जी।